ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ ਵਿੱਚ, ਜਿੱਥੇ ਅਸੀਂ ਤੁਹਾਨੂੰ ਲੱਭ ਕੇ ਦੇਵਾਂਗੇ ਤੁਹਾਡਾ ਡ੍ਰੀਮ ਕੰਪੈਨੀਅਨ ਬਿਨਾਂ ਕਿਸੇ ਕੰਪਰੋਮਾਈਜ਼ ਦੇ। ਦੋਸਤੋ, ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ ਕੁਝ ਖਾਸ ਪ੍ਰੋਫਾਈਲਸ ਜਿਹੜੀਆਂ ਕਿ ਤੁਹਾਡੀ ਜ਼ਿੰਦਗੀ ਦਾ ਨੈਕਸਟ ਚੈਪਟਰ ਹੋ ਸਕਦੀਆਂ ਨੇ। ਤਾਂ ਪਹਿਲੀ ਪ੍ਰੋਫਾਈਲ ਮੇਰੇ ਕੋਲ ਆਈ ਹੈ, 36 ਸਾਲਾਂ ਦੀ, 5 ਫੁੱਟ 3 ਇੰਚ, ਡਾਇਵੋਰਸੀ, ਗੁੱਡ ਲੁਕਿੰਗ ਕ੍ਰਿਸਚਨ ਕੈਥੋਲਿਕ ਕੁੜੀ ਦੀ ਪ੍ਰੋਫਾਈਲ ਆਈ ਹੈ ਜੀ। USA ਦੇ ਵਿੱਚ PR ਨੇ ਅਤੇ ਇਹਨਾਂ ਨੇ ਮਾਸਟਰਸ ਕੀਤੀ ਹੋਈ ਹੈ ਕੰਪਿਊਟਰ ਸਾਇੰਸ ਦੇ ਵਿੱਚ ਅਤੇ ਐਜ਼ ਆ ਸੋਫਟਵੇਅਰ ਕੰਸਲਟੈਂਟ ਇਹ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਤਾਮਿਲਨਾਡੂ ਦਾ ਇਹਨਾਂ ਦਾ ਹੈਗਾ ਅਤੇ ਲੱਭ ਰਹੇ ਨੇ ਆਪਣੇ ਲਈ 34 to 39 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ ਨੂੰ ਜਾਂ ਫਿਰ PR, ਸਟੂਡੈਂਟ ਵੀਜ਼ਾ, ਟੈਂਪਰੇਰੀ ਵੀਜ਼ਾ ਜਾਂ ਫਿਰ ਵਰਕ ਪਰਮਿਟ ਹੋਲਡਰ ਕ੍ਰਿਸਚਨ ਕੈਥੋਲਿਕ ਮੁੰਡੇ ਨੂੰ ਲੱਭ ਰਹੇ ਨੇ। ਅਤੇ ਕੰਟਰੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ, ਕੈਨੇਡਾ, USA ਜਾਂ ਫਿਰ ਇੰਡੀਆ ਲਈ। ਇੰਡੀਆ ਲਈ ਵੀ ਰਿਕੁਆਇਰਮੈਂਟਸ ਨੇ, ਨਾਲ ਦੀ ਨਾਲ USA ਅਤੇ ਕੈਨੇਡਾ ਲਈ ਰਿਕੁਆਇਰਮੈਂਟਸ ਨੇ ਕ੍ਰਿਸਚਨ ਮੁੰਡੇ ਦੀਆਂ। ਤਾਂ ਜੇਕਰ ਕ੍ਰਿਸਚਨ ਮੁੰਡੇ ਜਿਹੜੇ ਕਿ ਸੁਣ ਰਹੇ ਨੇ, ਉਹਨਾਂ ਨੂੰ ਇਹ ਪ੍ਰੋਫਾਈਲ ਫਿੱਟ ਬੈਠਦੀ ਹੈ ਤਾਂ ਕੰਟੈਕਟ ਕਰ ਸਕਦੇ ਹੋ। ਨੈਕਸਟ ਪ੍ਰੋਫਾਈਲ ਆਈ ਹੈ ਜੀ, 50 ਸਾਲਾਂ ਦੇ, 5 ਫੁੱਟ 8 ਇੰਚ, ਅਨਮੈਰਿਡ, ਗੁੱਡ ਲੁਕਿੰਗ, ਪੰਜਾਬੀ, ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਹੈ ਜੀ। PR ਨੇ ਇਟਲੀ ਦੇ ਵਿੱਚ ਅਤੇ ਐਜ਼ ਅ ਫੈਕਟਰੀ ਵਰਕਰ ਇਹ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਬਠਿੰਡਾ, ਪੰਜਾਬ ਦਾ ਇਹਨਾਂ ਦਾ ਹੈਗਾ ਅਤੇ ਲੱਭ ਰਹੇ ਨੇ ਆਪਣੇ ਲਈ 32 to 40 ਸਾਲਾਂ ਦੇ ਵਿਚਕਾਰ ਅਨਮੈਰਿਡ, ਵਿਡੋਵਰ, ਡਾਇਵੋਰਸੀ ਸਿਟੀਜ਼ਨ ਨੂੰ, ਪੰਜਾਬੀ, ਜੱਟ ਸਿੱਖ ਕੁੜੀ ਨੂੰ ਇਹ ਲੱਭ ਰਹੇ ਨੇ ਕੈਨੇਡਾ, ਜਰਮਨੀ, ਇਟਲੀ ਜਾਂ ਫਿਰ ਯੂਨਾਈਟਡ ਸਟੇਟਸ ਤੋਂ। ਕਾਫੀ ਸਾਰੀ ਕੰਟਰੀਜ਼ ਲਈ ਰਿਕੁਆਇਰਮੈਂਟਸ ਨੇ। ਕੰਟਰੀਜ਼ ਨੇ ਇਟਲੀ, ਯੂਨਾਈਟਡ ਸਟੇਟਸ, ਕੈਨੇਡਾ ਅਤੇ ਜਰਮਨੀ। ਅਤੇ ਜਿਹੜੇ ਜਿਹੜੇ ਵੀ ਇਹਨਾਂ ਸਾਰੀਆਂ ਕੰਟਰੀਜ਼ ਤੋਂ ਸੁਣ ਰਹੇ ਨੇ, ਇੰਡੀਆ ਲਈ ਰਿਕੁਆਇਰਮੈਂਟਸ ਹਾਲਾਂਕਿ ਨਹੀਂ ਹੈਗੀਆਂ, ਪਰ ਜੇ ਇਹਨਾਂ ਕੰਟਰੀਜ਼ 'ਚੋਂ ਕੋਈ ਵੀ ਇੱਛੁਕ ਕੈਂਡੀਡੇਟ ਹੈ ਜਿਹਨਾਂ ਨੂੰ ਲੱਗਦਾ ਕਿ ਇਹ ਤੁਹਾਡੀ ਪ੍ਰੋਫਾਈਲ ਜਿਹੜੀ ਹੈਗੀ ਹੈ ਇਸ ਪ੍ਰੋਫਾਈਲ ਦੇ ਅਕੋਰਡਿੰਗ ਫਿੱਟ ਬੈਠਦੀ ਹੈ, ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਤਾਂ ਜੀ, ਨੈਕਸਟ ਪ੍ਰੋਫਾਈਲ ਜਿਹੜੀ ਹੈਗੀ ਹੈ, 30 ਸਾਲਾਂ ਦੇ, 5 ਫੁੱਟ 10 ਇੰਚ, ਅਨਮੈਰਿਡ, ਗੁੱਡ ਲੁਕਿੰਗ, ਸਿੱਖ ਅਰੋੜਾ ਮੁੰਡੇ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ। ਪਰਮਾਨੈਂਟ ਰੈਜ਼ੀਡੈਂਟ ਨੇ ਕੈਨੇਡਾ ਦੇ ਵਿੱਚ ਅਤੇ ਬੈਚਲਰਸ ਕੀਤੀ ਹੋਈ ਹੈ ਇਹਨਾਂ ਨੇ ਕੰਪਿਊਟਰ ਸਾਇੰਸ ਦੇ ਵਿੱਚ ਅਤੇ ਪ੍ਰਾਈਵੇਟ ਜੋਬ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਭੋਗਪੁਰ, ਪੰਜਾਬ ਦਾ ਇਹਨਾਂ ਦਾ ਹੈਗਾ ਅਤੇ ਲੱਭ ਰਹੇ ਨੇ ਆਪਣੇ ਲਈ 24 to 29 ਸਾਲਾਂ ਦੀ, ਅਨਮੈਰਿਡ ਸਿਟੀਜ਼ਨ ਨੂੰ, ਪਰਮਾਨੈਂਟ ਰੈਜ਼ੀਡੈਂਟ, ਸਟੂਡੈਂਟ ਵੀਜ਼ਾ ਜਾਂ ਫਿਰ ਵਰਕ ਪਰਮਿਟ ਹੋਲਡਰ, ਸਿੱਖ ਅਰੋੜਾ, ਖੱਤਰੀ ਕੁੜੀ ਨੂੰ ਇਹ ਲੱਭ ਰਹੇ ਨੇ ਆਸਟ੍ਰੇਲੀਆ, ਕੈਨੇਡਾ ਅਤੇ ਇੰਡੀਆ ਤੋਂ। ਨੈਕਸਟ ਪ੍ਰੋਫਾਈਲ ਆਈ ਹੈ ਜੀ, 28 ਸਾਲਾਂ ਦੇ, 5 ਫੁੱਟ 7 ਇੰਚ, ਅਨਮੈਰਿਡ, ਗੁੱਡ ਲੁਕਿੰਗ, ਪੰਜਾਬੀ, ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਹੈ। ਪਰਮਾਨੈਂਟ ਰੈਜ਼ੀਡੈਂਟ ਨੇ ਕੈਨੇਡਾ ਦੇ ਵਿੱਚ ਅਤੇ ਡਿਪਲੋਮਾ ਕੀਤਾ ਹੋਇਆ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਅਤੇ ਇੱਕ ਪ੍ਰਾਈਵੇਟ ਜੋਬ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਪਟਿਆਲਾ, ਪੰਜਾਬ ਦਾ ਇਹਨਾਂ ਦਾ ਹੈਗਾ ਅਤੇ ਲੱਭ ਰਹੇ ਨੇ ਆਪਣੇ ਲਈ 23 to 28 ਸਾਲਾਂ ਦੀ, ਅਨਮੈਰਿਡ ਸਿਟੀਜ਼ਨ ਨੂੰ, ਪਰਮਾਨੈਂਟ ਰੈਜ਼ੀਡੈਂਟ ਕੁੜੀ ਨੂੰ ਇਹ ਲੱਭ ਰਹੇ ਨੇ ਜਾਂ ਫਿਰ ਸਟੂਡੈਂਟ ਵੀਜ਼ਾ ਆ ਵਰਕ ਪਰਮਿਟ ਹੋਲਡਰ, ਪੰਜਾਬੀ, ਜੱਟ ਸਿੱਖ ਕੁੜੀ ਨੂੰ ਇਹ ਲੱਭ ਰਹੇ ਨੇ ਕੈਨੇਡਾ, ਇੰਡੀਆ ਜਾਂ ਫਿਰ ਯੂਨਾਈਟਡ ਸਟੇਟਸ ਤੋਂ। ਨੈਕਸਟ ਪ੍ਰੋਫਾਈਲ ਆਈ ਹੈ ਜੀ, 35 ਸਾਲਾਂ ਦੇ, 6 ਫੁੱਟ 3 ਇੰਚ, ਅਨਮੈਰਿਡ, ਗੁੱਡ ਲੁਕਿੰਗ, ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਹੈ। ਵਰਕ ਪਰਮਿਟ ਹੋਲਡਰ ਨੇ US ਦੇ ਵਿੱਚ ਅਤੇ ਬੈਚਲਰਸ ਕੀਤੀ ਹੋਈ ਹੈ ਇਹਨਾਂ ਨੇ ਸਾਇੰਸ ਦੇ ਵਿੱਚ ਅਤੇ ਐਜ਼ ਅ ਮੈਨੇਜਰ ਇਹ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਚੰਡੀਗੜ੍ਹ ਦਾ ਇਹਨਾਂ ਦਾ ਹੈਗਾ ਅਤੇ ਲੱਭ ਰਹੇ ਨੇ ਆਪਣੇ ਲਈ 29 to 33 ਸਾਲਾਂ ਦੀ, ਅਨਮੈਰਿਡ ਸਿਟੀਜ਼ਨ ਨੂੰ, ਪਰਮਾਨੈਂਟ ਰੈਜ਼ੀਡੈਂਟ ਹੋਵੇ, ਜੱਟ ਸਿੱਖ ਕੁੜੀ ਨੂੰ ਇਹ ਲੱਭ ਰਹੇ ਨੇ US ਤੋਂ। ਨੈਕਸਟ ਪ੍ਰੋਫਾਈਲ ਆਈ ਹੈ ਜੀ, 72 ਸਾਲਾਂ ਦੇ, 5 ਫੁੱਟ 8 ਇੰਚ, ਵਿਡੋਵਰ, ਗੁੱਡ ਲੁਕਿੰਗ, ਅਮੈਰੀਕਨ, ਵਰਕ ਪਰਮਿਟ ਹੋਲਡਰ, ਹਿੰਦੂ, ਪਟੇਲ, ਜੈਂਟਲਮੈਨ ਦੀ ਪ੍ਰੋਫਾਈਲ ਹੈ ਜੀ। ਡਿਪਲੋਮਾ ਕੀਤਾ ਹੋਇਆ ਇਹਨਾਂ ਨੇ ITI ਦੇ ਵਿੱਚ ਅਤੇ ਇੱਕ ਪ੍ਰਾਈਵੇਟ ਜੋਬ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਦੀ ਜੇ ਗੱਲ ਕਰੀਏ ਤਾਂ ਗੁਜਰਾਤ ਨਾਲ ਇਹ ਸੰਬੰਧ ਰੱਖਦੇ ਨੇ ਅਤੇ ਲੱਭ ਰਹੇ ਨੇ ਆਪਣੇ ਲਈ 35 to 67 ਸਾਲਾਂ ਦੇ, ਅਨਮੈਰਿਡ ਸਿਟੀਜ਼ਨ ਨੂੰ, ਹਿੰਦੂ ਕਾਸਟ, ਨੋਵਰ ਲੇਡੀ ਨੂੰ ਇਹ ਲੱਭ ਰਹੇ ਨੇ US ਤੋਂ। ਨੈਕਸਟ ਪ੍ਰੋਫਾਈਲ ਆਈ ਹੈ ਜੀ, 27 ਸਾਲਾਂ ਦੀ, 5 ਫੁੱਟ 2 ਇੰਚ ਕੱਦ ਦੀ, ਅਨਮੈਰਿਡ, ਗੁੱਡ ਲੁਕਿੰਗ, ਹਿੰਦੂ, ਕਸ਼ਤਰੀ ਕੁੜੀ ਦੀ ਪ੍ਰੋਫਾਈਲ ਹੈ। ਕੈਨੇਡਾ ਦੇ ਸਿਟੀਜ਼ਨ ਨੇ ਅਤੇ BEd ਕੀਤੀ ਹੋਈ ਹੈ ਅਤੇ ਐਜ਼ ਅ ਟੀਚਰ ਉੱਥੇ ਕੰਮ ਕਰ ਰਹੇ ਨੇ। ਅਤੇ ਬੈਕਗਰਾਊਂਡ ਦੀ ਗੱਲ ਕਰੀਏ ਤਾਂ ਨਵਾਂ ਸ਼ਹਿਰ, ਪੰਜਾਬ ਨਾਲ ਇਹ ਸੰਬੰਧ ਰੱਖਦੇ ਨੇ ਅਤੇ ਲੱਭ ਰਹੇ ਨੇ ਆਪਣੇ ਲਈ 27 to 33 ਸਾਲਾਂ ਦੇ, ਅਨਮੈਰਿਡ ਸਿਟੀਜ਼ਨ ਨੂੰ, ਹਿੰਦੂ, ਸਿੱਖ, ਕਾਸਟ, ਨੋ ਬਾਰ ਬੋਏ ਦੀ ਇਹਨਾਂ ਨੇ ਰਿਕੁਆਇਰਮੈਂਟ ਦਿੱਤੀ ਹੈ ਅਤੇ ਕੰਟਰੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਕੈਨੇਡਾ ਜਾਂ ਫਿਰ US ਤੋਂ। ਨੈਕਸਟ ਪ੍ਰੋਫਾਈਲ ਆਈ ਹੈ ਜੀ, 28 ਸਾਲਾਂ ਦੀ, 5 ਫੁੱਟ 3 ਇੰਚ ਇਹਨਾਂ ਦੀ ਹਾਈਟ ਹੈ, ਅਨਮੈਰਿਡ ਨੇ, ਗੁੱਡ ਲੁਕਿੰਗ ਨੇ,
ਸਿੱਖ ਸੈਨਿਕ ਕੁੜੀ ਦੀ ਪ੍ਰੋਫਾਈਲ ਹੈ, ਕੈਨੇਡਾ ਦੇ ਵਿੱਚ ਵਰਕ ਪਰਮਿਟ ਹੋਲਡਰ ਨੇ ਅਤੇ ਇਹਨਾਂ ਨੇ ਬੈਚਲਰਸ ਕੀਤੀ ਹੋਈ ਹੈ ਨਰਸਿੰਗ ਦੇ ਵਿੱਚ ਅਤੇ ਫਿਲਹਾਲ ਐਜ਼ ਅ ਨਰਸ ਹੀ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਹੁਸ਼ਿਆਰਪੁਰ ਪੰਜਾਬ ਦਾ ਹੈਗਾ ਹੈ ਅਤੇ ਲੱਭ ਰਹੇ ਨੇ ਆਪਣੇ ਲਈ 28 ਤੋਂ 31 ਸਾਲਾਂ ਦੇ ਅਨਮੈਰਿਡ ਸਿਟੀਜ਼ਨ ਨੂੰ। ਪਰਮਾਨੈਂਟ ਰੈਜ਼ੀਡੈਂਟ ਸਿੱਖ ਸੈਨਿਕ ਮੁੰਡੇ ਨੂੰ ਇਹ ਲੱਭ ਰਹੇ ਨੇ ਕੈਨੇਡਾ ਤੋਂ। ਨੈਕਸਟ ਪ੍ਰੋਫਾਈਲ ਆਈਏ ਜੀ 35 ਸਾਲਾਂ ਦੀ, 5'8" ਇਹਨਾਂ ਦੀ ਹਾਈਟ ਹੈ, ਅਨਮੈਰਿਡ ਨੇ, ਗੁੱਡ ਲੁਕਿੰਗ ਪੰਜਾਬੀ ਜੱਟ ਸਿੱਖ ਕੁੜੀ ਦੀ ਪ੍ਰੋਫਾਈਲ ਹੈ ਜੀ। ਇਹ US ਦੇ ਸਿਟੀਜ਼ਨ ਨੇ ਅਤੇ ਮਾਸਟਰਸ ਕੀਤੀ ਹੋਈ ਹੈ ਇਹਨਾਂ ਨੇ ਇੰਟਰਨਲ ਮੈਡੀਸਿਨ ਦੇ ਵਿੱਚ ਅਤੇ ਐਜ਼ ਅ ਡਾਕਟਰ ਕੰਮ ਕਰ ਰਹੇ ਨੇ। ਇਹ ਲੱਭ ਰਹੇ ਨੇ ਆਪਣੇ ਲਈ 32-37 ਸਾਲਾਂ ਦੇ ਅਨਮੈਰਿਡ ਸਿਟੀਜ਼ਨ ਨੂੰ, ਜੱਟ ਸਿੱਖ ਮੁੰਡੇ ਨੂੰ ਇਹ ਲੱਭ ਰਹੇ ਨੇ US ਤੋਂ। ਤਾਂ ਜੀ ਅੱਜ ਦੇ ਐਪੀਸੋਡ ਦੀ ਜਿਹੜੀ ਲਾਸਟ ਪ੍ਰੋਫਾਈਲ ਆਈ ਹੈ 33 ਸਾਲਾਂ ਦੀ, 5'6" ਡਾਇਵੋਰਸੀ ਸਿਟੀਜ਼ਨ ਦੀ ਇਹ ਪ੍ਰੋਫਾਈਲ ਹੈ, ਗੁੱਡ ਲੁਕਿੰਗ ਨੇ, ਅਮੈਰੀਕਨ ਸਿਟੀਜ਼ਨ ਨੇ ਅਤੇ ਪੰਜਾਬੀ ਜੱਟ ਸਿੱਖ ਕੁੜੀ ਦੀ ਪ੍ਰੋਫਾਈਲ ਹੈ ਅਤੇ ਇਹਨਾਂ ਨੇ BSc ਕੀਤੀ ਹੋਈ ਹੈ ਨਰਸਿੰਗ ਦੇ ਵਿੱਚ ਅਤੇ ਐਜ਼ ਅ ਟੈਕਨੀਸ਼ੀਅਨ ਹੀ ਕੰਮ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਇਹਨਾਂ ਦਾ ਹੈਗਾ ਲੁਧਿਆਣਾ ਪੰਜਾਬ ਦਾ ਅਤੇ ਆਪਣੇ ਹਮਸਫ਼ਰ ਦੇ ਵਿੱਚ ਲੱਭ ਰਹੇ ਨੇ 32-36 ਸਾਲਾਂ ਦੇ ਅਨਮੈਰਿਡ ਡਾਇਵੋਰਸੀ ਸਿਟੀਜ਼ਨ ਨੂੰ। ਵਰਕ ਪਰਮਿਟ ਹੋਲਡਰ ਪੰਜਾਬੀ ਜੱਟ ਸਿੱਖ ਮੁੰਡੇ ਨੂੰ ਇਹ ਲੱਭ ਰਹੇ ਨੇ, ਨਾਲ ਨਾਲ ਕਾਸਟ 9 ਵਾਰ ਮੁੰਡੇ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਅਤੇ ਕੰਟਰੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਯੂਨਾਈਟਿਡ ਸਟੇਟਸ ਦੀਆਂ। ਤਾਂ ਜੀ ਇਹ ਸੀਗੀਆਂ ਅੱਜ ਦੇ ਐਪੀਸੋਡ ਦੀਆਂ ਸਾਰੀਆਂ ਪ੍ਰੋਫਾਈਲਾਂ। ਜੇ ਕਿਸੇ ਵੀ ਪ੍ਰੋਫਾਈਲ ਨੂੰ ਸੁਣ ਕੇ ਤੁਹਾਨੂੰ ਲੱਗਾ ਕਿ ਇਹ ਪ੍ਰੋਫਾਈਲ ਤੁਹਾਡੇ ਪਰਫੈਕਟ ਪਾਰਟਨਰ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਦੀ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਕੰਟੈਕਟ ਨੰਬਰ 'ਤੇ। ਸਾਡਾ ਕੰਟੈਕਟ ਨੰਬਰ ਹੈਗਾ ਜੀ 6478886000, ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈਗੀ ਜੀ www.nrmb.com 'ਤੇ। ਜੇਕਰ ਹਜੇ ਵੀ ਤੁਹਾਡੇ ਪਰਫੈਕਟ ਪਾਰਟਨਰ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੋਈ ਤਾਂ ਅਸੀਂ ਜਲਦ ਵਾਪਸੀ ਕਰਾਂਗੇ ਹੋਰ ਕੁਝ ਖਾਸ ਪ੍ਰੋਫਾਈਲਾਂ ਦੇ ਨਾਲ, ਜਿਹੜੇ ਕਿ ਤੁਹਾਡੇ ਪਰਫੈਕਟ ਪਾਰਟਨਰ ਦੀ ਰਿਕੁਆਇਰਮੈਂਟਸ ਨੂੰ ਜ਼ਰੂਰ ਪੂਰੀ ਕਰ ਦੇਣਗੀਆਂ ਅਤੇ ਤੁਹਾਡੇ ਐਟ ਦ ਐਂਡ ਤੁਹਾਡੇ ਲਈ ਇੱਕ ਪਰਫੈਕਟ ਪਾਰਟਨਰ ਅਸੀਂ ਜ਼ਰੂਰ ਲੱਭ ਕੇ ਲਿਆਵਾਂਗੇ। ਤਦ ਤੱਕ ਦੇ ਲਈ ਦੇਖਦੇ ਰਹੋ NRM ਮੈਰਿਜ ਬਿਊਰੋ। ਬਹੁਤ ਬਹੁਤ ਸ਼ੁਕਰੀਆ।